सर मैं 2014 ਦੇ ਵਿੱਚ ਮੈਂ ਪਿੰਡਾਂ 'ਚ ਖੇਡਦੀ ਰਹੀ ਸੀ। ਮਤਲਬ ਇੰਨਾ ਨਹੀਂ ਹੁੰਦਾ ਸੀ, ਘਰੇ ਵੱਡੀ ਬੁੱਢੀ ਬੇਬੇ ਸੀ, ਵੀ ਮੰਮੀ 2 ਸਾਲ ਦੀ ਸੀ ਉਦੋਂ ਹੀ ਖਤਮ ਹੋ ਗਈ ਸੀ। ਪਹਿਲਾਂ ਦਾ ਰਿਕਾਰਡ ਸਰ 3:04 ਦਾ ਸੀ, ਰਮਨਦੀਪ ਨੇ ਕੀਤਾ ਹੋਇਆ ਸੀ। ਉਹ ਮੈਂ 2:57 ਦੇ ਵਿੱਚ ਮੈਂ ਆਪਣੇ ਨਾਂ ਕੀਤਾ ਨਿਊ ਨੈਸ਼ਨਲ ਰਿਕਾਰਡ ਬਣਾ ਕੇ 3 ਮਿੰਟ ਥੱਲੇ ਲਾ ਕੇ। ਉਹਨਾਂ ਦੇ ਵਿੱਚ ਗਈ, ਉੱਥੇ ਜਾ ਕੇ ਸੋਚਿਆ ਸੀ ਕਿ ਵੀ ਹੈਂਡਬੋਲ ਦੇ ਟ੍ਰਾਇਲ ਦੇਣੇ ਆ, ਹੈਂਡਬੋਲ ਦੇ ਟ੍ਰਾਇਲ ਸੋਚ ਕੇ ਹੀ ਗਈ ਸੀ, ਪਰ ਨਹੀਂ, ਉੱਥੇ ਐਥਲੈਟਿਕਸ ਦੇ ਟ੍ਰਾਇਲ ਚੱਲ ਰਹੇ ਸੀ। ਵੀ ਤੂੰ ਵਧੀਆ ਕਰ ਸਕਦੀ ਹੈ ਪੁੱਤ, ਤੂੰ ਇੰਡੀਵਿਜੁਅਲੀ ਆਪਣਾ ਇਵੈਂਟ ਰੱਖੇ ਤਾਂ, ਕਿਉਂਕਿ ਟੀਮ ਗੇਮਾਂ 'ਚ ਇੰਨੀ ਤੂੰ ਮਿਹਨਤ ਕਰੇਂਗੀ ਕੋਈ ਸਭ ਉਹ ਹੈ ਨਹੀਂ। ਮੇਰੇ ਪੈਰ ਗੋਡੇ ਨਹੀਂ ਉੱਠੇ ਤਾਂ ਮੈਮ ਕਹਿੰਦੇ ਪੁੱਤ ਆਪਣੇ ਵਾਕਿੰਗ ਕਰ, ਵਧੀਆ ਕਰ ਸਕਦੀ ਤੂੰ ਵਾਕਿੰਗ, ਤੇਰੀ ਹਾਈਟ ਵੀ ਹੈ, ਤੇਰੇ ਉਹ ਜਿਹੜੀ ਉਹ ਲਚਕ ਵੀ ਹੈਗੀ ਹੈ, ਤੂੰ ਚੱਲਦੀ ਹੈ ਤਾਂ ਵੀ ਉਹ ਹੈਗੀ ਹੈ। ਨਵਾਂ ਲੱਗਿਆ ਸੀ ਪਰ ਮੈਮ ਨੇ ਮੇਰੇ ਨਾਲ ਬਹੁਤ ਵਰਕ ਕੀਤਾ, ਹਾਰਡ ਵਰਕ ਮੈਨੂੰ ਕਰਾਇਆ। ਕੋਈ 2 ਮਹੀਨਿਆਂ ਦੇ ਵਿੱਚ ਸਟੇਟ ਦੇ ਵਿੱਚ ਬ੍ਰੋਂਜ ਮੈਡਲ ਮੇਰਾ ਆਇਆ ਸੀ ਪੰਜਾਬ ਸਟੇਟ ਦੇ ਵਿੱਚ 2015 ਦੇ ਵਿੱਚ। ਤਾਂ ਮੈਨੂੰ ਬਹੁਤ ਵਧੀਆ ਲੱਗਿਆ, ਮੈਨੂੰ ਲੱਗਿਆ ਸੀ ਕਿ ਮੈਂ ਉਹ ਚੀਜ਼ ਜਿਹੜੀ ਸੋਚ ਰਹੀ ਹਾਂ ਉਹ ਮਿਲੇਗੀ ਮੈਨੂੰ, ਵੀ ਮੈਂ ਥੋੜ੍ਹੀ ਜਿਹੀ ਮਿਹਨਤ ਹੋਰ ਕਰਾਂ। ਅਤੇ ਫਿਰ ਮੇਰਾ ਅਗਲੇ ਪੰਜਾਬ ਸਟੇਟ ਦੇ ਵਿੱਚ ਮੇਰਾ ਸਿਲਵਰ ਮੈਡਲ ਆਇਆ, ਤਾਂ ਕਿ ਮੈਨੂੰ ਅੱਗੇ ਜਾਣ ਦਾ ਮੌਕਾ ਮਿਲਿਆ। ਫਿਰ ਮੈਂ ਉੱਥੇ ਜਾ ਕੇ ਸਿਲਵਰ ਮੈਡਲ ਲੈ ਕੇ ਪੰਜਾਬ ਸਟੇਟ ਤੋਂ, ਫਿਰ ਮੈਂ ਬ੍ਰੌਂਜ਼ ਮੈਡਲ ਮੇਰਾ ਨੈਸ਼ਨਲ ਦੇ ਵਿੱਚ ਵੀ ਆ ਗਿਆ ਸੀ। ਉਹ ਸਾਨੂੰ ਬਹੁਤ ਵਧੀਆ ਟ੍ਰੀਟ ਕਰਦੇ ਸੀ ਹੋਸਟਲ ਵਿੱਚ ਮਾਂ ਵਾਂਗੂ, ਗਰਾਊਂਡ ਦੇ ਵਿੱਚ ਸਾਨੂੰ ਕੋਚ ਵਾਂਗੂ ਟ੍ਰੀਟ ਕਰਦੇ ਸੀ। ਉਹਨਾਂ ਨੇ ਬਹੁਤ ਵਧੀਆ ਰਿਜ਼ਲਟ ਦਿੱਤਾ ਸਾਨੂੰ। ਫਿਰ ਅਸੀਂ ਮਤਲਬ ਇੱਦਾਂ ਵਧੀਆ ਕਰਦੇ ਰਹੇ, ਉੱਥੇ ਮੇਰੇ ਨੈਸ਼ਨਲ 'ਚ ਕਾਫੀ ਮੈਡਲ ਆਏ। ਫਿਰ ਫਾਈਨੈਂਸ਼ਲੀ ਪ੍ਰੋਬਲਮ ਇੰਨੀ ਆਉਣ ਲੱਗ ਗਈ ਸੀ ਕਿ ਪੈਸੇ ਨਹੀਂ ਬਣ ਰਹੇ ਸੀ, ਔਰ ਗੇਮ ਕਰਨਾ ਵੀ ਜ਼ਰੂਰੀ ਸੀ, ਗੇਮ ਦੇ ਵਿੱਚ ਬਹੁਤ ਪੈਸਾ ਲੱਗਦਾ ਹੈ। ਮੇਰੇ ਘਰ ਦੇ ਮਤਲਬ ਸਾਡੇ 2 ਕਿੱਲੇ ਖੇਤੀ ਹੈ, ਡੈਡੀ ਬਸ ਖੇਤੀ ਕਰਦੇ ਹੈ, ਖੇਤੀ ਦੇ ਉੱਤੇ ਵੀ ਡੈਡੀ ਨੇ ਮੈਨੂੰ 2 ਲਿਮਟਾਂ ਕਢਾ ਕੇ ਦੇ ਰੱਖੀਆਂ, ਡੈਡੀ ਦੇ ਖੁਦ ਕਰਜ਼ਾ ਹੈ। ਫਿਰ ਮੈਂ ਉਸ ਮਜਬੂਰੀ 'ਤੇ ਮੈਨੂੰ ਜੋਬ ਜੁਆਇਨ ਕਰਨੀ ਪਈ, ਮੈਂ 2018 'ਚ ਜੋਬ ਜੁਆਇਨ ਕੀਤੀ। ਉਸ ਲੈਵਲ ਤੱਕ ਆਪਾਂ ਜਿਹੜੀ ਸੋਚ ਰੱਖੀ ਹੈ ਉਸ ਲੈਵਲ ਲਈ ਤਾਂ ਬਹੁਤ ਘੱਟ ਹੈ ਪੈਸਾ, 9 ਲੱਖ ਵੀ ਬਹੁਤ ਘੱਟ ਹੈ ਜੇ ਆਪਾਂ ਅੱਗੇ ਸੋਚਣਾ ਹੋਏ। ਫਿਰ ਮੈਂ ਪਰਸਨਲ ਲੋਨ ਕਰਵਾ ਕੇ ਫਿਰ ਮੈਂ ਇੱਕ ਨੈਸ਼ਨਲ ਏਸ਼ੀਅਨ ਗੇਮਾਂ ਲਈ ਤਿਆਰੀ ਕੀਤੀ ਸੀ। ਹੁਣ ਸਰ ਬਹੁਤ ਹਾਰਡ ਤੋਂ ਹਾਰਡ ਮਿਹਨਤ ਕਰਨੀ ਪੈਂਦੀ ਹੈ, ਘੱਟੋ ਘੱਟ 3-4 ਘੰਟੇ ਤਾਂ ਸਵੇਰੇ, ਔਰ ਤੋਂ 3-4 ਘੰਟੇ ਸ਼ਾਮ ਨੂੰ, ਕਿ ਉਸ ਡੈਡੀ ਨੂੰ ਘਰੇ ਜਿਹੜਾ ਬੈਠਾ ਹੈ ਇੰਨਾ ਕੁਝ ਚੱਕੀ ਬੈਠਾ ਹੈ, ਜੇ ਤੂੰ ਹੁਣ ਇੱਥੇ ਚੁੱਪ ਕਰਕੇ ਬੈਠ ਗਈ ਤਾਂ ਤੇਰਾ ਡੈਡੀ ਦਾ ਕੀ ਹੋਊਗਾ, ਵੀ ਤੇਰੇ ਪਿੱਛੇ ਉਹਨੇ ਸਭ ਕੁਛ ਆਪਣਾ ਗਾਲ ਰੱਖਿਆ। ਹਾਲਾਂਕਿ ਮੇਰੇ ਡੈਡੀ ਨੇ ਸਾਡੇ ਦੋਵੇਂ ਭੈਣ ਭਰਾਵਾਂ 'ਚ ਕੇ ਆਪਣੀ ਪੂਰੀ ਜਵਾਨੀ ਰੋਲਤੀ ਸਾਡੇ ਲਈ, ਵੀ ਇਹ ਸਾਨੂੰ ਵਧੀਆ ਮਕਾਨ 'ਤੇ ਪਹੁੰਚਾ ਸਕੇ, ਵੀ ਕੱਲ੍ਹ ਨੂੰ ਲੋਕ ਉਹਨਾਂ ਨੂੰ ਮਿਸਾਲ ਦੇਣ ਕਿ ਹਾਂ ਉਹਦੇ ਜਵਾਕ ਸੀ, ਉਹਨੇ ਇੰਨੇ ਕਾਬਲੀਅਤ ਬਣਾ ਤੇ, ਇੰਨੇ ਅੱਗੇ ਤੱਕ ਪਹੁੰਚਾ ਤੇ ਤਾਂ ਕਿ ਅਸੀਂ ਕੁਝ ਕਹਿ ਨਹੀਂ ਸਕੀਏ। ਹਾਂਜੀ, ਸ਼ਾਇਦ ਅੱਜ ਮੇਰੇ ਮੰਮਾ ਹੁੰਦੇ ਤਾਂ ਬਹੁਤ ਖੁਸ਼ ਹੋਣਾ ਸੀ, ਉਹ ਬਹੁਤ ਖੁਸ਼ੀ ਮਨਾਉਂਦੇ ਕਿ ਹਾਂ ਮੇਰੀ ਕੁੜੀ ਇੱਥੋਂ ਦੇ ਲੈਵਲ ਤੱਕ ਪਹੁੰਚੀ ਹੈ, ਵੀ ਇੰਨਾ ਨਾ ਖੱਟਿਆ। ਜਿੰਨਾ ਮੇਰੇ ਡੈਡੀ ਨੂੰ ਪ੍ਰਾਊਡ ਹੁੰਦਾ ਹੈ ਉਨਾ ਸ਼ਾਇਦ ਮੇਰੀ ਮੰਮੀ ਨੂੰ ਵੀ ਹੁੰਦਾ। ਏਮ ਹੈ ਕਿ ਮੈਂ ਏਸ਼ੀਅਨ ਗੇਮਾਂ ਅਤੇ ਓਲੰਪਿਕਸ ਦੇ ਵਿੱਚ ਮੈਡਲ ਲੈ ਕੇ ਆਵਾਂ।
ताकि अपने पिंड दा अपने ना देश दा ना रोशन कर सका। बहुत वधिया लग्या, पिंड दे घर दे बहुत वधिया स्वागत किया, बहुत ही मतलब दिल खुश हो गया कि भी थोड़ी जी मेहनत लगी पर अज पूरे रुके च पूरे पिंड च पूरे गां मानसा जिले दे विच तेरा नाम चमक रहा है। मेरा कहना सर बहुत ही जिन जो लोग कह रहे हैं वो गलत कह रहे हैं भी कुड़ियां नू भी मौका देना चाहिए है कि उन्होंने बाहर भेजे। बहुत कुड़ियां साढ़े पिंड दियाँ निकलनगियाँ अगे भी तो कुड़ियां नू भी माँ प्यो की इज्जत रख के वधिया उन्हों का विश्वास रख के सख्त मेहनत करनी चाहिए। बहुत बढ़िया, बहुत खुशी हो रही है इन मकाम तक पहुँचने लई। लोन भी कराई है भी तेन कोई चीज़ की कमी ना आई तो मैं कि दोहराऊँ भाई हाँ दोनों बहनों आई इन्हू फील नहीं होने दिता। मैं ग्राउंड फिगर तो मैं उठ के बहुत उपर इतने तक आ गई भी सरकार मेरा इन इतने तक मैं इन्ना सपोर्ट कर लिया। पंजाब सरकार तो मेरी यही अपील है कि आने वाले टाइम से मैनू अपील वधिया मैनू सपोर्ट दे तो मैं बहुत अगे वधिया करा आने वाले टाइम से। पंजाब सरकार तो मेरी यही अपील है तो मैनू पंजाब से वधिया पोस्ट पर कोई नौकरी दे। जिन्हां दे हौसले वड्डे हुंदे ने ਉਹ ਹਰ ਇੱਕ ਮੁਕਾਮ ਨੂੰ ਪਾ ਲੈਂਦੇ ਨੇ। ਅਜਿਹਾ ਹੀ ਕਰ ਦਿਖਾਇਆ ਮਾਨਸਾ ਦੇ ਪਿੰਡ ਖਹਿਰਾ ਖੁਰਦ ਦੀ ਮੰਜੂ ਰਾਣੀ ਨੇ, ਜਿਸ ਨੇ 35 ਕਿਲੋਮੀਟਰ ਦੀ ਵਾਕਿੰਗ ਰੇਸ ਕਰਕੇ ਗੋਲਡ ਮੈਡਲ ਹਾਸਲ ਕੀਤਾ ਅਤੇ ਖਿਤਾਬ ਜਿੱਤਿਆ। ਭਾਰਤ ਦੀ ਪਹਿਲੀ ਮਹਿਲਾ ਬਣਨ ਦਾ ਜਿਸਨੇ ਰਿਕਾਰਡ ਆਪਣੇ ਨਾਮ ਦਰਜ ਕਰਵਾ ਲਿਆ। ਸਾਡੇ ਨਾਲ ਮੌਜੂਦ ਹੈ ਮੰਜੂ ਰਾਣੀ, ਜਿਸ ਨੇ ਕੱਚੇ ਘਰਾਂ ਦੇ ਵਿੱਚੋਂ ਕੱਚੇ ਰਸਤਿਆਂ ਦੇ ਵਿੱਚੋਂ ਪੱਕੇ ਸਫ਼ਰ ਤੈਅ ਕੀਤੇ ਨੇ ਅਤੇ ਅੱਜ ਉਸ ਮੁਕਾਮ 'ਤੇ ਪਹੁੰਚੀ ਹੈ, ਗੋਲਡ ਮੈਡਲ ਹਾਸਲ ਕੀਤਾ ਹੈ। ਗੱਲਬਾਤ ਕਰਦੇ ਹਾਂ ਮੰਜੂ ਰਾਣੀ ਦੇ ਨਾਲ। ਮੰਜੂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਮੰਜੂ ਜੀ, ਸਭ ਤੋਂ ਪਹਿਲਾ ਸਵਾਲ ਤਾਂ ਇਹ ਵੀ ਕਦੋਂ ਤੋਂ ਲੱਗੇ ਹੋ ਇਸ ਨੂੰ, ਪ੍ਰੈਕਟਿਸ ਕਦੋਂ ਕਰਨ ਲੱਗੇ ਸੀ ਅਤੇ ਕਿੰਨਾ ਕੁ ਸਟਰਗਲ ਜਿਹੜਾ ਜ਼ਿੰਦਗੀ ਦੇ ਵਿੱਚ? ਸਰ ਮੈਂ 2014 ਦੇ ਵਿੱਚ ਮੈਂ ਪਿੰਡਾਂ 'ਚ ਖੇਡਦੀ ਰਹੀ ਸੀ, ਇੱਥੇ ਹਾਈ ਪ੍ਰਾਇਮਰੀ ਹਾਈ ਸਕੂਲਾਂ 'ਚ ਕਦੇ ਖੋ ਖੋ ਕਦੇ ਹੈਂਡਬਾਲ, ਮਤਲਬ ਇੰਨਾ ਨਹੀਂ ਹੁੰਦਾ ਸੀ ਘਰ ਘਰੇ ਵੱਡੀ ਬੁੱਢੀ ਬੇਬੇ ਸੀ ਵੀ ਮੰਮੀ 2 ਸਾਲ ਦੀ ਸੀ ਉਦੋਂ ਹੀ ਖਤਮ ਹੋ ਗਏ ਸੀ ਵੀ ਉਸ ਟਾਈਮ ਬਹੁਤ ਛੋਟੀ ਉਮਰ ਸੀ ਵੀ ਦਾਦੀ ਵੀ ਬੁੱਢੀ ਸੀ ਡੈਡੀ ਸੀ ਡੈਡੀ ਦੀ 27-28 ਸਾਲ ਉਮਰ ਸੀ, ਮੰਮੀ ਦੀ ਅਚਾਨਕਲੀ ਐਸੇ ਹੀ ਕੋਈ ਹਾਦਸਾ ਹੋਣ ਦੇ ਕਾਰਨ ਮੌਤ ਹੋ ਗਈ ਸੀ। ਅਤੇ ਫਿਰ ਮੈਨੂੰ ਮਤਲਬ ਕੋਚ ਨੇ ਸਕੂਲ ਦੇ ਕੋਚ ਨੇ ਕਿਹਾ ਕਿ ਵੀ ਤੂੰ ਵਧੀਆ ਕਰ ਸਕਦੀ ਹੈ ਜੇ ਤੂੰ ਕੋਈ ਸਾਈ ਸੈਂਟਰ ਦੇ ਵਿੱਚ ਜਾਏ ਜਾਂ ਫਿਰ ਕੋਈ ਚੀਜ਼ ਦੇ ਵਿੱਚ ਜਾਏ ਤਾਂ ਮੈਂ ਉੱਥੇ ਸਾਈ ਬੈਂਗਲੋਰ ਉੱਥੇ ਭੋਪਾਲ ਦੇ ਬਾਦਲ ਸਾਈ ਦੇ ਟਰਾਇਲ ਹੋ ਰਹੀ ਸੀ ਉਹਨਾਂ ਦੇ ਵਿੱਚ ਗਈ। ਉੱਥੇ ਜਾ ਕੇ ਸੋਚਿਆ ਸੀ ਕਿ ਵੀ ਹੈਂਡਬੋਲ ਦੇ ਟਰਾਇਲ ਦੇਣੇ ਆ, ਹੈਂਡਬੋਲ ਦੇ ਟਰਾਇਲ ਸੋਚ ਕੇ ਹੀ ਗਈ ਸੀ ਪਰ ਨਹੀਂ, ਉੱਥੇ ਐਥਲੈਟਿਕਸ ਦੇ ਟਰਾਇਲ ਚੱਲ ਰਹੇ ਸੀ। ਮੈਂ ਐਥਲੈਟਿਕਸ ਦੇ ਟਰਾਇਲ ਦਿੱਤੇ, ਮੈਂ ਮਤਲਬ ਉਸ ਮੈਡਮ ਨੇ ਕਿਹਾ ਵੀ ਐਥਲੈਟਿਕਸ ਨਹੀਂ ਮਤਲਬ ਐਥਲੈਟਿਕਸ ਹੈਗੀ ਹੈ ਇੱਥੇ ਪਰ ਹੈਂਡਬੋਲ ਹੈ ਨਹੀਂ, ਵੀ ਤੂੰ ਵਧੀਆ ਕਰ ਸਕਦੀ ਹੈ ਪੁੱਤ ਤੂੰ ਇੰਡੀਵਿਜੁਅਲੀ ਆਪਣਾ ਇਵੈਂਟ ਰੱਖੇ ਤਾਂ, ਕਿਉਂਕਿ ਟੀਮ ਗੇਮਾਂ 'ਚ ਇੰਨੀ ਤੂੰ ਮਿਹਨਤ ਕਰੇਗੀ ਕੋਈ ਸਭ ਉਹ ਹੈ ਨਹੀਂ। ਫਿਰ ਮੈਂ ਉੱਥੇ ਕਰਨਾ ਮਤਲਬ ਮੇਰਾ ਸਿਲੈਕਸ਼ਨ ਹੋ ਗਿਆ ਸੀ ਅਤੇ ਮੈਮ ਨੇ ਮੈਨੂੰ ਪਹਿਲਾਂ 2 ਮਹੀਨੇ ਰਨਿੰਗ ਕਰਾਈ, ਫਿਰ ਮੈਨੂੰ ਨਹੀਂ ਉਹਦੇ ਵਿੱਚ ਨਹੀਂ ਮੈਂ ਮੇਰੇ ਪੈਰ ਗੋਡੇ ਨਹੀਂ ਉੱਠੇ ਤਾਂ ਮੈਮ ਕਹਿੰਦੇ ਪੁੱਤ ਆਪਣੇ ਵਾਕਿੰਗ ਕਰ ਵਧੀਆ ਕਰ ਸਕਦੀ ਤੂੰ ਵਾਕਿੰਗ, ਤੇਰੀ ਹਾਈਟ ਵੀ ਹੈ ਤੇਰੇ ਉਹ ਜਿਹੜੀ ਉਹ ਲਚਕ ਵੀ ਹੈਗੀ ਹੈ ਤੂੰ ਚੱਲਦੀ ਹੈ ਤਾਂ ਵੀ ਉਹ ਹੈਗੀ ਹੈ ਵੀ ਤੂੰ ਵਾਕਿੰਗ ਕਰ ਸਕਦੀ ਹੈ। ਮੈਂ ਉੱਥੇ ਕੀਤਾ, 2 ਮਹੀਨੇ ਪ੍ਰੈਕਟਿਸ ਕੀਤੀ, ਉਹਨਾਂ ਨੇ ਮੈਨੂੰ ਬਹੁਤ ਲਗਨ ਇਹ ਥੋੜ੍ਹਾ ਜਿਹਾ ਨਵਾਂ ਲੱਗਿਆ ਹੋਊ ਕਿਉਂਕਿ ਹੈਂਡਬਾਲ ਤੋਂ ਇੱਕਦਮ ਐਥਲੈਟਿਕ 'ਚ ਜਾਣਾ। ਹਾਂਜੀ ਹਾਂਜੀ ਨਵਾਂ ਲੱਗਿਆ ਸੀ ਪਰ ਮੈਮ ਨੇ ਮੇਰੇ ਨਾਲ ਬਹੁਤ ਵਰਕ ਕੀਤਾ, ਹਾਰਡ ਵਰਕ ਮੈਨੂੰ ਕਰਾਇਆ, ਬਹੁਤ ਮਿਹਨਤ ਕੀਤੀ, ਮੈਨੂੰ ਉਸ ਟੈਕਨੀਕ ਸਿਖਾਈ ਵੀ 2 ਮਹੀਨਿਆਂ ਦੇ ਵਿੱਚ ਸਟੇਟ ਦੇ ਵਿੱਚ ਬ੍ਰੌਂਜ਼ ਮੈਡਲ ਮੇਰਾ ਆਇਆ ਸੀ ਪੰਜਾਬ ਸਟੇਟ ਦੇ ਵਿੱਚ 2015 ਦੇ ਵਿੱਚ, ਤਾਂ ਮੈਨੂੰ ਬਹੁਤ ਵਧੀਆ ਲੱਗਿਆ, ਮੈਨੂੰ ਲੱਗਿਆ ਸੀ ਕਿ ਮੈਂ ਉਹ ਚੀਜ਼ ਜਿਹੜੀ ਸੋਚ ਰਹੀ ਹਾਂ ਉਹ ਮਿਲੇਗੀ ਮੈਨੂੰ ਵੀ ਮੈਂ ਥੋੜ੍ਹੀ ਜਿਹੀ ਮਿਹਨਤ ਹੋਰ ਕਰਾਂ। ਫਿਰ ਮੈਂ ਅਗਲੇ ਮਤਲਬ ਇੱਦਾਂ ਪ੍ਰੈਕਟਿਸ ਕੰਟੀਨਿਊ ਰੱਖੀ ਆਪਣੀ ਅਤੇ ਫਿਰ ਮੇਰਾ ਅਗਲੇ ਪੰਜਾਬ ਸਟੇਟ ਦੇ ਵਿੱਚ ਮੇਰਾ ਸਿਲਵਰ ਮੈਡਲ ਆਇਆ ਤਾਂ ਕਿ ਮੈਨੂੰ ਅੱਗੇ ਜਾਣ ਦਾ ਮੌਕਾ ਮਿਲਿਆ। ਫਿਰ ਮੈਂ ਉੱਥੇ ਜਾ ਕੇ ਬ੍ਰੌਂਜ਼ ਸਿਲਵਰ ਮੈਡਲ ਲੈ ਕੇ ਪੰਜਾਬ ਸਟੇਟ ਤੋਂ, ਫਿਰ ਮੈਂ ਬ੍ਰੌਂਜ਼ ਮੈਡਲ ਮੇਰਾ ਨੈਸ਼ਨਲ ਦੇ ਵਿੱਚ ਵੀ ਆ ਗਿਆ ਸੀ। ਓਨਲੀ ਇੱਕ ਸ਼ੁਰੂਆਤ ਹੋ ਗਈ ਸੀ ਕਹਿ ਸਕਦੇ ਹਾਂ, ਪਹਿਲਾ ਸਟੈਪ ਮਿਲ ਗਿਆ ਸੀ ਅਤੇ ਮੰਜੂ ਨੂੰ ਪਤਾ ਲੱਗ ਗਿਆ ਸੀ ਵੀ ਹੁਣ ਸ਼ੁਰੂਆਤ ਹੋ ਗਈ ਅਤੇ ਹੁਣ ਲਗਾਤਾਰ ਕੰਮ ਕਰਨਾ। ਹਾਂਜੀ
क्योंकि हर चीज़ उत्थे वधिया मिल रही सी, वधिया सपोर्ट हो रहा सी। साई दे इंचार्ज प्रेम सुखदास मैडम दे हसबेंड सी, ओ सानू बहुत वधिया ट्रीट करदे सी। होस्टल विच माँ वांगू ग्राउंड दे विच सानू कोच वांगू ट्रीट करदे सी। उन्होंने बहुत वधिया रिजल्ट दिता सानू। फिर असी मतलब इदा इदा वधिया करदे रहे। उत्थे मेरे नैशनल च काफ़ी मैडल आए। फिर मेरा भोपाल सिलेक्शन मतलब हो गया सी। भोपाल साई दे विच 2 साल मैं उत्थे लाए। फिर फाइनेंशियली प्रॉब्लम इन्नी आने लग गई सी कि पैसे नहीं बन रहे सी। और गेम करना भी जरूरी सी। गेम दे विच बहुत पैसा लगता है, जिदा कह सकते हैं डाइट शूज़ बहुत ज़्यादा मेनटेन रखना पैंदा है। और फिर मैं फाइनेंशियली प्रॉब्लम करते कि तुहाडे परिवार के हालात किदां दे ने? मेरे घर दे मतलब साढ़े 2 किले खेती है। डैडी बस खेती करते हैं। खेती दे उत्ते भी डैडी ने मैनू 2 लिमिटा कढ़ा के दे रखी हैं। डैडी दे खुद कर्जा है। फिर मैं उस मजबूरी ते मैनू जॉब ज्वाइन करनी पई। मैं 2018 जॉब ज्वाइन की। फिर भी मतलब इदा उस लैवल तक आप जिहड़ी सोच रखी है उस लैवल लई तां बहुत घट है पैसा। 9 लाख भी बहुत घट है जे आप अगे सोचना होए। तो फिर मैं खुद अपना पर्सनल लोन करवाया। उस करके फिर मैं पर्सनल लोन करवा के फिर मैं एक नैशनल एशियन गेम लई तैयारी की सी। हूँ भी हाँ भी मैं उत्थे जाके सिलेक्शन या फिर मैं वधिया कर। किन्ना औखा हुंदा, किन्ना समा देना पैंदा गेम नूं जदों एशियन गेमां दी तैयारियां हुंदियां ने? सर बहुत हार्ड तो हार्ड मेहनत करनी पैंदी है। घट्टो घट 3-4 घंटे तो सवेरे और तो 3-4 घंटे शाम नूं बहुत ही हार्ड मेहनत करदे सी। जदों मेहनत करदे सी एक तां इहदा सोचदे सी यार किद्दां करांगे। फिर भी अगे अपने मन नूं पॉजिटिव रख के सोचदे सी कि उस डैडी नूं करे जिहड़ा बैठा है इन्ना कुछ चक्की बैठा है। जे तूं हुण इत्थे चुप करके बैठ गई तां तेरा डैडी का की होगा? भी तेरे पिछे उन्हें सब कुछ अपना गाल रखे है। हालांकि मेरे डैडी ने साढ़े 2 भैन भरावें चक्के अपनी पूरी जवानी रोलती साढ़े लिए भी असानू वधिया मकान ते पहुँचा सके। भी कलू लोग उन्होंने मिसाल देन कि हाँ वो दे जवाक सी उन्हें इन्ने काबिलियत बनाते इन्ने अगे तक पहुँचाते ताकि असी कुछ कह नहीं सकी। इसलिए मैं मेरे डैडी की प्रेरणा लेके ही यही भी आप एशियन गेमां दे विच ते ओलंपिक्स दे मैडल लेके आना। मैं बहुत हार्ड मेहनत करती हाँ ते अगे भी करती रहांगी। अच्छा तुसी दस्सिया भी तुहाडे माता एक्सपायर हो गए ते अज जे घर च होंदे तां बड़ी खुशी महसूस होनी सी उन्हां नूं भी मेरी धी ने मेरा माण वधाया। हाँ जी शायद अज मेरे मम्मा होंदे तां बहुत खुश होना सी। ओ बहुत खुशी मनांदे कि हाँ मेरी कुड़ी इत्थों दे लैवल तक पहुँची है भी इन्ना ना खटिया है। जिन्ना मेरे डैडी नूं प्राउड हुंदा है उन्ना शायद मेरी मम्मी नूं भी हुंदा। कदे अजिहा पल कोई याद है जिस समय मतलब लग्या होवे भी हुण नहीं होना ते फिर कोई अजी इंस्पिरेशनल पावर मिली होवे ते फिर कंटिन्यू कीता होवे? हाँ कई कॉम्पीटिशन मैनू बई मैं हार भी देखी है सोचती सी यार नहीं होना। फिर भी उस हार नू जीत दे विच बदलन दा एक अंदरों ही फीलिंग हुंदी सी नहीं नहीं आपां कर सकदे हाँ। बस कोई गल नहीं कदे कित्थे बंदा डिगदा है ते कित्थे बंदा उठदा भी है। कदे हार दा मूँह ते कदे जीत दा मूँह वेखना ही पैंदा है। पर इदां हौली हौली सब कुछ हो जाना है। बस तू थोड़ा हौसला रख ते अपनी मेहनत नू कंटिन्यू रख। अपनू बाप दी अखां नू देख के ही कर लै सब कुछ। जे उन्हें उन्ना करता तां असीं भी बहुत कुछ कर सकदे हाँ अपनी मेहनत दे उत्ते। अच्छा हार्ड स्ट्रगल किया तो सुपने की ने मंजू दे की मुकाम हासिल करना किस मंजिल तक पहुँचना है? सर मेरा मतलब एम है कि मैं एशियन गेमां ते ओलंपिक्स दे विच मैडल लेके आवां ताकि अपने पिंड दा अपने ना देश दा ना रोशन कर सका। कहन भी हाँ इंडिया दियां कुड़ियां ने हर जगह कोई कवे कि हाँ उस कुड़ी ने बहुत मेहनत कीती अज उस मुकाम ते। अच्छा अज घर जदों आए तो किस तरीके का माहौल देखा जदों वापस परते हो मुकाम हासिल करके? बहुत वधिया लग्या। पिंड दे घर दे बहुत वधिया स्वागत किया। बहुत ही मतलब दिल खुश हो गया कि भी थोड़ी जी मेहनत लगी पर अज पूरे रुके च पूरे पिंड च पूरे गां मानसा जिले दे विच तेरा नाँ चमक रहा है। भी तू अगे जे थोड़ा जा होर वधिया मेहनत करेंगी तो पता नहीं रब तेनू कित्थे पहुँचा दूगा। बस रब ने मैनू इन्ना साथ दिता मैं इत्थों तक किया ते आने वाले टाइम च मैं भी वधिया करूँ। मैनू बहुत वधिया लग्या अज भी तुसी भी सानू मिले या फिर होर कोई भी मिलिया सानू बहुत मैनू बहुत ही
माण महसूस हो रहा है कि मैनू बहुत वधिया लग रहा है। अच्छा कुछ लोग ना लड़कियों नू मतलब कि नैगेटिव नज़रिए नाल देखते हैं, तुसी भी एक लड़की हो तो तुसी मेहनत करके मुकाम ते पहुँचे हो, कुछ लोग जिहड़े हजे भी उस समाज का हिस्सा ने जिहड़े सोचते हैं भी कुड़ियों नू पढ़न नहीं देना चाहिए तो इन्हों का विआह करके तोड़ देना चाहिए। मेरा कहना सर बहुत ही जिन जो लोग कह रहे हैं वो गलत कह रहे हैं, भी कुड़ियों नू भी मौका देना चाहिए है कि उन्होंने बाहर भेजे, बाहर पढ़ाई करावे, खेड़ा करावे, उन्होंने विश्वास करे। कुड़ी विश्वास करती है, कह रही है जिस कुड़ी सही मकान पर सही लाइन पर चलूगी तो आने वाले टाइम से बहुत कुड़िया साढ़े पिंड दियाँ निकलनगियाँ अगे भी, तो कुड़िया भी माँ प्यो की इज्जत रख के वधिया उन्हों का विश्वास रख के सख्त मेहनत करनी चाहिए। अच्छा मंजू के पिता भी साढ़े नाल ने, अंकल जी कि लग रहा लड़की ने बहुत बड़ा मुकाम हासिल? बहुत बढ़िया, बहुत खुशी हो रही है इन मुकाम तक पहुँचने लिए, बहुत खुशी है साढ़े परिवार को। अच्छा जो छोटी होंगी सी कद सोचा सी भी आ मुकाम तक पहुँचूगी लड़की? जरूर सोचा जरूर सी, हाँ भी पहुँचावना सोचा जरूर सी। ये छोटी होंगी खेडती नहीं, जो कहती सी मैं एक करना है खेडना है। अच्छा जी अज मंजू के माता होंगे उस समय मतलब मंजू की माता की गल्ला करते लैके की सुपने सजाए थे? सुपने यही सी बी बहुत खुशी होंगी देखनी, रंग रंग चाव नवे होंगे सी फिर। अच्छा। हाँ बहुत खुशी होंगी होंगी तो यही है अपनी। तुसी माँ का तो बाप का प्यार दिता इनू तो अगे भी ये बहुत सारे सुपने ने जोड़े पूरे बहुत ये बहुत सुपने ने। हाँ अज तक दिते अगे ही देता रहूँगा। अच्छा। हाँ बाद तो मैं दो लोन भी कराए है भी तेनों कोई चीज़ की कमी ना आए तो मैं कि दोहराऊँ भाई। हाँ दोनों बहन में फील नहीं होने दिता मैं। अच्छा। हाँ अज तिकर ना माँ आती याद इन्ह। अच्छा मंजू जे सरकार को कोई अपील करनी हो की अपील करोगे सरकार? मेरी यही अपील है सर कि मैं इतों तक तो आ गई ग्राउंड फिगर तो मैं उठ के बहुत उपर इतने तक आ गई भी सरकार मेरा इन इतने तक मैं इन्ना सपोर्ट कर लिया। पंजाब सरकार तो मेरी यही अपील है कि आने वाले टाइम से मैं अपील वधिया मैं सपोर्ट दे, मेरा खर्चा चके भी मैं कोई दिक्कत ना आए क्योंकि पैसे की सब तो वड्डी कैश वगैरह वगैरह मैं दे तो मैं बहुत अगे वधिया करा आने वाले टाइम से। पंजाब सरकार तो मेरी यही अपील है तो मैं पंजाब वधिया पोस्ट पर कोई नौकरी दे। अच्छा जिहड़ा रिकॉर्ड सीगा वो पहला किस दे नाम सी ते किन्ने टाइम दे विच तुसी वो रिकॉर्ड तोड़े? पहला दा रिकॉर्ड सर 3:04 दा सी, रमनदीप ने किता होया सी, ओ मैं 2:57 दे विच मैं अपने ना किता है, न्यू नेशनल रिकॉर्ड बना के 3 मिनट थले ला के ते एशियन गेम ते वर्ल्ड चैंपियनशिप मैं क्वालीफाई किया है। वो गेमां कदों होनी है ते किहड़ी जगह होनी है? वो सितंबर दे विच होनी है सर, चाइना दे विच होनी है। ਉਹਦੀ ਤਿਆਰੀ ਫਿਰ ਕਰ ਲਈ ਸ਼ੁਰੂ ਤੁਸੀਂ? ਹਾਂ ਸਰ ਮਤਲਬ ਉਹ ਮੈਡਲ ਆਇਆ ਸੀ ਅਤੇ ਕੋਚ ਨੇ ਕਿਹਾ ਵੀ ਤੁਸੀਂ ਜਾ ਕੇ ਥੋੜ੍ਹਾ ਸਮਾਨ ਹੋ ਰਿਹਾ ਤੁਹਾਡਾ ਵੀ ਤੁਸੀਂ ਵਧੀਆ ਕੀਤਾ ਜਾ ਕੇ ਆਓ ਫਿਰ ਆਪਾਂ ਜਾ ਕੇ ਹੁਣ ਮੈਂ ਦੁਬਾਰਾ ਆਪਣੀ ਏਸ਼ੀਅਨ ਗੇਮ ਦੀਆਂ ਤਿਆਰੀਆਂ ਸਟਾਰਟ ਕਰਨੀਆਂ ਨੇ। ਬਿਲਕੁਲ ਇਹ ਮੰਜੂ ਹੈ ਅਤੇ ਮੰਜੂ ਨੇ ਉਹ ਮੁਕਾਮ ਹਾਸਲ ਕੀਤਾ, ਉਹ ਕੱਚੇ ਘਰਾਂ ਦੇ ਵਿੱਚੋਂ ਕੱਚੇ ਰਸਤਿਆਂ ਦੇ ਵਿੱਚੋਂ ਸਫ਼ਰ ਪੱਕੇ ਨੇ ਅਤੇ ਸੋਚ ਪੱਕੀ ਹੈ, ਹੌਸਲੇ ਵੱਡੇ ਨੇ। माँ का प्यार नहीं मिलया, बाप नहीं माँ तो बाप का प्यार दिता, तो हर एक सुपने नू पूरा करन दी कोशिश की है, बहुत ज़्यादा मेहनत की है। तो अज भारत की पहली महिला बन चुकी है 35 किलोमीटर वॉकिंग रेस दे विच गोल्ड मैडल हासिल किया है, तो रिकॉर्ड जिहड़ा अपने नाम दर्ज करवा लिया। तो इस तरह मंजू भी होर लड़कियों के लिए प्रेरणा स्रोत बनी है कि जिहड़ियां लड़कियां घरां दे विच बैठियां ने उन्हां नू घरां दे विच बैठे नहीं रहना चाहिए, जो उन्होंने सुपने ने उन्होंने पूरे करने की कोशिश करनी चाहिए है, क्योंकि सुपने ता ही पूरे होंगे ने जो तुम मेहनत करते हो, बिना मेहनत किसी भी मुकाम पर नहीं पहुँचा जा सकता। इस तरह सरकार नू भी मंजू ने यही अपील की है भी जी फाइनैशियल प्रॉब्लम उसनू है उसकी सपोर्ट अगर सरकार करे तो वो पूरे विश्व के पंजाब का ना इंडिया का ना रोशन करने कसर नहीं छेगी। कैमरामैन मनीष के नाल परमदीप राणा, नैक्सट पंजाब मानसा।